ਹੋਵੇ ਜੋ ਮਸੀਹ ਯਸੂ ਦਾ ਵੀ ਸੀ। ਐਕਚੁਅਲੀ ਬਾਈਬਲ ਦੇ ਵਿੱਚ ਹਲੀਮੀ ਦੀ ਨਿਮਰਤਾ ਦੀ ਸਭ ਤੋਂ ਬੈਸਟ ਇਗਜ਼ੈਂਪਲ ਪ੍ਰਭੂ ਯਸੂ ਮਸੀਹ ਜੀ ਹੋਏ। ਉਹਨਾਂ ਦੇ ਅੰਦਰ ਸਾਰੀਆਂ ਸ਼ਕਤੀਆਂ ਸੀ, ਮੁਰਦਿਆਂ ਨੂੰ ਜ਼ਿੰਦਾ ਕਰ ਦੇਣ ਦੀ ਵੀ ਸ਼ਕਤੀ ਸੀਗੀ। ਤੁਸੀਂ ਦੇਖੋ ਇਸ ਤੋਂ ਅੱਗੇ ਹੋਰ ਕੀ ਹੋ ਸਕਦਾ। ਸਭ ਸ਼ਕਤੀਆਂ ਪ੍ਰਭੂ ਯਸੂ ਮਸੀਹ ਜੀ ਦੇ ਅੰਦਰ ਸੀ, ਖੁਦ ਖੁਦਾਵੰਦ ਆਪ ਆ ਉਹ, ਗਿਆਨ ਉਹਨਾਂ ਦੇ ਕੋਲ, ਸਮਝ ਉਹਨਾਂ ਦੇ ਕੋਲ, ਚਾਨਣ ਉਹ ਆਪ ਆ। ਫਿਰ ਵੀ ਉਹਨੇ ਘਮੰਡ ਨਹੀਂ ਕੀਤਾ ਤੇ ਅਸੀਂ ਮਿੱਟੀ ਚੋਂ ਉੱਗੇ ਤੇ ਮਿੱਟੀ ਦੇ ਵਿੱਚ ਖੱਪ ਜਾਣਾ, ਘਮੰਡ ਪਤਾ ਨਹੀਂ ਕਾਹਦਾ ਆ। ਮੈਂ ਕਹਿੰਦੀ ਕਿ ਜਦੋਂ ਵੀ ਘਮੰਡ ਆਵੇ ਬਸ ਇੰਨਾ ਚੇਤੇ ਕਰਿਆ ਕਰੋ ਕਿ ਮੈਂ ਮਿੱਟੀ ਹਾਂ, ਨਾ ਤਾਂ ਮੈਂ ਕੁਛ ਨਾਲ ਲੈ ਕੇ ਆਇਆ ਸੀ, ਖਾਲੀ ਹੱਥ ਆਇਆ ਸੀ ਅਤੇ ਖਾਲੀ ਹੱਥ ਜਾਣਾ ਹੈ। ਇਹ ਵੀ ਨਹੀਂ ਚੇਤਾ ਕਿ ਮੈਂ ਪਹਿਲਾਂ ਕੀ ਸੀ ਅਤੇ ਮੈਂ ਕਿੱਥੇ ਸੀ। ਅੱਜ ਇੱਕ ਇਨਸਾਨ ਕਹਿੰਦਾ ਮੈਂ ਨਹੀਂ ਚੇਤਾ ਭੁਲਾਉਂਦਾ ਕਿ ਤੂੰ ਮੈਨੂੰ ਕੀ ਕਿਹਾ ਹੈ, ਮੈਂ ਚੇਤਾ ਨਹੀਂ ਭੁੱਲ ਸਕਦਾ, ਮੈਨੂੰ ਤੇਰੀ ਇੱਕ ਇੱਕ ਗੱਲ ਚੇਤੇ, ਮੈਂ ਜ਼ਿੰਦਗੀ ਭਰ ਯਾਦ ਰੱਖੂੰਗਾ ਕਿ ਤੂੰ ਮੈਨੂੰ ਕੀ ਕਹਿ ਦਿੱਤਾ ਹੈ। ਜੇ ਤੇਰਾ ਮੈਮਰੀ ਕਾਰਡ ਇੰਨਾ ਹੀ ਸ਼ਾਰਪ ਆ ਤਾਂ ਪਲੀਜ਼ ਮੈਨੂੰ ਇਹ ਦੱਸ ਕਿ ਤੇਰੇ ਜੰਮਣ ਤੋਂ ਪਹਿਲਾਂ ਤੂੰ ਕਿੱਥੇ ਸੀ, ਤੇਰੇ ਜੰਮਣ ਤੋਂ ਪਹਿਲਾਂ ਤੂੰ ਕੌਣ ਸੀ, ਕੀ ਕਰਦਾ ਸੀ, ਕੀ ਸਟੋਰੀ ਸੀ ਤੇਰੀ। ਨਹੀਂ ਪਤਾ, ਕੁਛ ਪਤਾ ਹੀ ਨਹੀਂ। ਜਦ ਸਾਨੂੰ ਇੰਨਾ ਵੀ ਨਹੀਂ ਪਤਾ, ਜਦ ਉਹ ਨਹੀਂ ਚੇਤੇ ਤੇ ਆਹ ਚੇਤੇ ਰੱਖ ਕੇ ਮਰ ਜੂੰਗਾ ਤੇ ਮੁੜ ਕੇ ਤੈਨੂੰ ਕੁਛ ਚੇਤਾ ਰਹਿਣ ਵਾਲਾ, ਕੁਛ ਨਹੀਂ ਤੈਨੂੰ ਚੇਤਾ ਰਹਿਣ ਵਾਲਾ। ਇਸ ਲਈ ਇਹ ਫੜਾਂ, ਇਹ ਫੋਕੜਾਂ, ਇਹ ਫੁਕਰੀਆਂ ਗੱਲਾਂ, ਇਹ ਸਭ ਚੀਜ਼ਾਂ ਨੂੰ ਅਗਰ ਆਪਾਂ ਜ਼ਿੰਦਗੀ 'ਚੋਂ ਕੱਢ ਦਈਏ, ਅਸੀਂ ਜ਼ਿੰਦਗੀ ਦੇ ਵਿੱਚ ਜ਼ਿਆਦਾ ਸੌਖੇ ਹੋ ਜਾਵਾਂਗੇ, ਜੀਣਾ ਸੌਖਾ ਹੋ ਜੂਗਾ, ਸਗੋਂ ਜੀਣ ਦਾ ਆਨੰਦ ਆਜੂਗਾ, ਮਜ਼ਾ ਆਜੂਗਾ ਸਾਨੂੰ ਜੀਣ ਦਾ। ਹਾਲੇਲੂਇਆ। ਇੱਥੇ ਅਸੀਂ ਦੇਖਦੇ ਹਾਂ ਕਹਿੰਦਾ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਵੀ ਸੀ, ਕਿ ਉਸ ਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤੁੱਲ ਹੋਣਾ ਕਬਜ਼ਾ ਰੱਖਣ ਦੀ ਚੀਜ਼ ਨਾ ਜਾਣਿਆ, ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਉਸ ਚੀਜ਼ ਨੂੰ ਕਿ ਮੇਰੇ ਕੋਲ ਇਹ ਰਾਈਟ ਆ, ਮੈਂ ਇਹ ਕਰ ਸਕਦਾ ਹਾਂ, ਉਹਨੇ ਉਹਨੂੰ ਕਬਜ਼ਾ ਰੱਖਣ ਦੀ ਚੀਜ਼ ਨਹੀਂ ਜਾਣਿਆ ਕਿ ਮੇਰੇ ਲਈ ਉੱਚੀ ਕੁਰਸੀ ਲਾਓ ਜੀ, ਮੇਰੇ ਲਈ ਵੱਡੀ ਕੁਰਸੀ ਲਾਓ, ਮੈਨੂੰ ਹੱਥ ਨਹੀਂ ਲਾਉਣਾ, ਮੇਰੇ ਲਾਗੇ ਨਹੀਂ ਖੜ੍ਹੇ ਹੋਣਾ, ਮੇਰੇ ਨਾਲ ਗੱਲ ਨਹੀਂ ਕਰਨੀ, ਉਹਨੇ ਇਹ ਚੀਜ਼ਾਂ ਨਹੀਂ ਰੱਖੀਆਂ। ਅਸੀਂ ਉਹਦੇ ਅਨੁਆਈ ਹਾਂ, ਅਸੀਂ ਉਹਨੂੰ ਉਹਦੇ ਫੋਲੋਅਰਸ ਹਾਂ, ਚੇਲੇ ਹਾਂ। ਕਹਿੰਦਾ ਜਿਹੜਾ ਮੇਰੇ ਪਿੱਛੇ ਚੱਲੂਗਾ ਉਹ ਮੂਲੋ ਹੀ ਹਨੇਰੇ ਵਿੱਚ ਨਹੀਂ ਰਹੂਗਾ। ਫੋਲੋ ਕਰਨਾ ਕੀ ਹੁੰਦਾ ਆ? ਅਗਰ ਉਹਨੇ ਪਰਮੇਸ਼ਵਰ ਹੋ ਕੇ ਆਪਣੇ ਅੰਦਰ ਘਮੰਡ ਨਹੀਂ ਰੱਖਿਆ ਤੇ ਮੈਂ ਇਨਸਾਨ ਹੋ ਕੇ ਵੀ ਕੋਈ ਘਮੰਡ ਨਹੀਂ ਰੱਖਾਂਗਾ, ਜੋ ਮੇਰੇ ਕੋਲ ਅਧਿਕਾਰ ਅਖਤਿਆਰ ਹੈ ਮੈਂ ਕੋਈ ਘਮੰਡ ਨਹੀਂ ਰੱਖਾਂਗਾ, ਮੈਂ ਉਹਨੂੰ ਫੋਲੋ ਕਰਨਾ ਆ। ਪਰ ਜੇ ਮੈਂ ਘਮੰਡ ਰੱਖਦਾ ਹਾਂ ਅਤੇ ਮੈਂ ਕਹਿੰਦਾ ਹਾਂ ਕਿ ਮੈਂ ਜੀਸਸ ਨੂੰ ਫੋਲੋ ਕਰਦਾ ਜਾਂ ਮੈਂ ਬਾਈਬਲ ਦੀਆਂ ਟੀਚਿੰਗਸ ਨੂੰ ਫੋਲੋ ਕਰਦਾ ਹਾਂ, ਇਹ ਕੀ ਆ? ਇਹ ਧੋਖਾ ਆ, ਇਹ ਛਲ ਆ, ਇਹ ਕਪਟ ਆ, ਇਹ ਮਿਥਿਆ ਆ, ਇਹ ਨਾਸ਼ ਹੋਣਾ ਆ। ਕਿਉਂਕਿ
ਉਹ ਚਾਨਣ ਵਿੱਚ ਰਹਿਣ ਵਾਲਾ ਵਿਅਕਤੀ ਜਿਹੜਾ ਆ ਉਹ ਅਸਲੀ ਤਰੀਕੇ ਨਾਲ ਫੋਲੋ ਕਰਦਾ ਆ ਕਿ ਜੀਸਸ ਨੇ ਇੱਦਾਂ ਨਹੀਂ ਕੀਤਾ ਮੈਂ ਵੀ ਨਹੀਂ ਕਰਨਾ, ਜੀਸਸ ਨੇ ਇੱਦਾਂ ਕੀਤਾ ਤੇ ਮੈਂ ਵੀ ਇੱਦਾਂ ਹੀ ਕਰਨਾ। ਓਕੇ, ਕਹਿੰਦਾ ਉਸਨੇ ਆਪਣੇ ਸਗੋਂ ਉਸਨੇ ਆਪਣੇ ਆਪ ਨੂੰ ਸੱਖਣਾ ਕਰਕੇ ਦਾਸ ਦਾ ਰੂਪ ਧਾਰਿਆ। ਤੁਸੀਂ ਦੇਖੋ ਚੇਲਿਆਂ ਦੇ ਵੀ ਪੈਰ ਧੋਤੇ, ਆਪਣੇ ਆਪ ਨੂੰ ਪਰਮੇਸ਼ਵਰ ਦਾ ਦਾਸ ਬਣਾਇਆ ਉਹਨੇ, ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ, ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋਇਆ, ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ। ਪਰਮੇਸ਼ਵਰ ਹੋ ਕੇ ਮਨੁੱਖ ਦੇ ਰੂਪ ਵਿੱਚ ਪ੍ਰਗਟ ਹੋਇਆ ਅਤੇ ਮਨੁੱਖ ਬਣ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਂ ਹੀ ਸਗੋਂ ਸਲੀਬ ਦੀ ਮੌਤ ਤਾਂ ਹੀ ਆਗਿਆਕਾਰ ਬਣਿਆ ਰਿਹਾ। ਹਰ ਉਹ ਹੁਕਮ ਜੋ ਬਾਣੀ ਵਿੱਚ ਲਿਖੇ ਸੀ ਉਹਨਾਂ ਹੁਕਮਾਂ ਨੂੰ ਮੰਨਿਆ, ਉਹਨਾਂ ਹੁਕਮਾਂ ਦੇ ਅਨੁਸਾਰ ਚੱਲੇ ਅਰ ਨੀਵੇਂ ਅਤੇ ਆਗਿਆਕਾਰ ਬਣ ਕੇ ਰਹੇ, ਆਗਿਆਕਾਰੀ ਕੀਤੀ। ਸਬਤ ਮਨਾਉਣ ਦੀ ਆਗਿਆ ਆ ਅਤੇ ਤੁਸੀਂ ਜਿੱਥੇ ਵੀ ਬਾਈਬਲ ਦੇ ਵਿੱਚ ਸਬਤ ਦੇਖੋਗੇ ਪ੍ਰਭੂ ਯਸੂ ਮਸੀਹ ਦੇ ਸਲੀਬ 'ਤੇ ਜਾਣ ਤੋਂ ਪਹਿਲਾਂ ਪ੍ਰਭੂ ਯਸੂ ਮਸੀਹ ਸਬਤ ਮਨਾਉਂਦੇ ਤੁਹਾਨੂੰ ਨਜ਼ਰ ਆਉਣਗੇ। ਅਗਰ ਪਸਾਹ ਦਾ ਤਿਉਹਾਰ ਮਨਾਉਣ ਦੀ ਆਗਿਆ ਸੀ ਤਾਂ ਦੇਖੋ ਪ੍ਰਭੂ ਯਸੂ ਮਸੀਹ ਜੀ ਨੇ ਪਸਾਹ ਦਾ ਤਿਉਹਾਰ ਜਿਹੜਾ ਆ ਉਹ ਮਨਾਇਆ। ਜਿਹੜੇ ਪਰਬ ਮਨਾਉਣ ਦਾ ਹੁਕਮ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਵੱਲੋਂ ਸੀ ਉਹ ਸਾਰੇ ਪਰਬ ਜਿਹੜੇ ਸੀਗੇ ਉਹ ਪ੍ਰਭੂ ਯਸੂ ਮਸੀਹ ਜੀ ਨੇ ਮਨਾਏ ਆ। ਸਲੀਬ ਤੱਕ ਆਗਿਆਕਾਰੀ ਕੀਤੀ। ਅੱਜ ਅਸੀਂ ਹੁਕਮਾਂ ਨੂੰ ਤੋੜਦੇ ਹਾਂ ਪਰ ਕਹਿੰਦੇ ਕੀ ਹਾਂ, ਅਸੀਂ ਯਸੂ ਮਸੀਹ ਦੇ ਚੇਲੇ। ਜਿਹੜਾ ਬੰਦਾ ਹੁਕਮ ਤੋੜਦਾ ਆ ਉਹ ਘਮੰਡੀ ਆ, ਇੰਨਾ ਘਮੰਡ ਕਿ ਮੈਂ ਨਹੀਂ ਮੰਨਦਾ ਪਰਮੇਸ਼ਵਰ ਦਾ ਹੁਕਮ। ਤੁਸੀਂ ਸੋਚੋ ਜਦੋਂ ਅਸੀਂ ਹੁਕਮ ਤੋੜਦੇ ਹਾਂ ਅਸੀਂ ਹਲੀਮ ਹੋ ਕੇ ਹੁਕਮ ਨਹੀਂ ਤੋੜਦੇ। ਹਲੀਮ ਬੰਦਾ ਕਿੱਥੇ ਹੁਕਮ ਤੋੜਦਾ? ਤੁਸੀਂ ਹਲੀਮ ਬੰਦੇ ਨੂੰ ਕੋਈ ਹੁਕਮ ਦਿੰਦੇ ਹੋ ਕਹਿੰਦਾ ਜੀ ਸੱਤ ਬਚਨ, ਇੱਦਾਂ ਹੀ ਹੋਊਗਾ ਜੀ ਜਿੱਦਾਂ ਤੁਸੀਂ ਕਹਿ ਦਿੱਤਾ, ਹੋਰ ਕੁਛ ਦੱਸੋ ਕੀ ਸੇਵਾ ਕਰੀਏ, ਦੱਸੋ ਤੁਹਾਡੀ ਕੀ ਖਿਦਮਤ ਕਰੀਏ। ਤੁਸੀਂ ਇੱਕ ਬੰਦਾ ਤੁਹਾਨੂੰ ਸੱਤ ਬਚਨ ਕਹਿ ਕੇ ਤੁਰ ਗਿਆ ਕਿ ਜੋ ਤੁਸੀਂ ਕਿਹਾ ਸਭ ਠੀਕ ਹੈ ਜੀ, ਸੱਚ ਆ ਜੀ, ਇੱਦਾਂ ਹੀ ਕਰਾਂਗੇ। ਇੱਕ ਹੋਰ ਬੰਦੇ ਨੂੰ ਤੁਸੀਂ ਹੁਕਮ ਦਿੱਤਾ ਉਹ ਕਹਿੰਦਾ ਜਾ ਜੋ ਕਰਨਾ ਕਰ ਲਾ ਮੈਂ ਨਹੀਂ ਮੰਨਦਾ। ਅੱਜ ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਪਰਮੇਸ਼ਵਰ ਨੂੰ ਇਹੀ ਕਹਿੰਦੇ ਜਾ ਮੈਂ ਨਹੀਂ ਮੰਨਦਾ। ਉਹ ਪਰਮੇਸ਼ਵਰ ਦੇ ਘਰ ਵਿੱਚ ਨਹੀਂ ਰੈਗੂਲਰ ਆਉਂਦੇ, ਉਹ ਦਸਵੰਧਾਂ ਭੇਟਾਂ ਦੇ ਵਿੱਚ ਵਫ਼ਾਦਾਰ ਨਹੀਂ ਆ, ਉਹ ਪ੍ਰਾਰਥਨਾ ਨਹੀਂ ਕਰਦੇ, ਉਹ ਮਾਤਾ ਪਿਤਾ ਦੀ ਆਗਿਆਕਾਰੀ ਨਹੀਂ ਕਰਦੇ, ਉਹ ਬੁੱਧ ਵਿੱਚ ਨਹੀਂ ਚੱਲਦੇ, ਉਹ ਸੱਚਾਈ ਵਿੱਚ ਨਹੀਂ ਚੱਲਦੇ, ਉਹ ਪਾਪ ਵਿੱਚ ਫਸੇ ਹੋਏ ਆ। ਪਰ ਕਹਿੰਦੇ ਕੀ ਆ, ਵੀ ਆਰ ਕ੍ਰਿਸਚਨਸ, ਆਈ ਐਮ ਨੋਟ ਕ੍ਰਿਸਚਨ, ਬਟ ਦੇ ਸੇਜ਼, ਉਹ ਕਹਿੰਦੇ ਆ ਮੈਂ ਤਾਂ ਕੋਸ਼ਿਸ਼ ਕਰ ਰਹੀ ਹਾਂ ਕਿ ਪ੍ਰਭੂ ਯਸੂ ਮਸੀਹ ਦੀ ਚੇਲੀ ਬਣ ਸਕਾਂ, ਮੈਂ ਤਾਂ ਕੋਸ਼ਿਸ਼ ਕਰ ਰਹੀ ਹਾਂ ਕਿ ਜੋ ਪ੍ਰਭੂ ਯਸੂ ਮਸੀਹ ਜੀ ਨੇ ਸਿੱਖਿਆਵਾਂ ਦਿੱਤੀਆਂ ਉਹਨਾਂ ਨੂੰ ਫੋਲੋ ਕਰ ਸਕਾਂ, ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੇਰਾ ਸਿਰਜਣ ਹਰ ਜਿਹੜੇ ਪਰਮੇਸ਼ਵਰ ਜੀ ਆ ਮੈਂ ਉਹਨਾਂ ਦੇ ਨਾਲ ਪਿਆਰ ਕਰਨ 'ਚ ਕਾਮਯਾਬ ਹੋ ਸਕਾਂ, ਬਸ ਮੈਂ ਇਹੀ ਹਾਂ। ਪਰ ਅਸੀਂ ਕਹਿੰਦੇ ਹਾਂ ਕਿ ਅਸੀਂ ਹਲੀਮ ਹਾਂ, ਹਲੀਮ ਬੰਦਾ ਹੁਕਮ ਨਹੀਂ ਤੋੜਦਾ। ਜਿਹੜਾ ਡਰਦਾ ਆ ਨਾ ਆਪਣੇ ਆਗੂ ਤੋਂ ਉਹ ਆਗਿਆਕਾਰੀ ਕਰਦਾ ਹੈ, ਜਿਹੜਾ ਆਪਣੇ ਬੌਸ ਤੋਂ ਡਰਦਾ ਆ ਉਹ ਉਹਦਾ ਦਿੱਤਾ ਹੋਇਆ ਕੰਮ ਪੂਰਾ ਕਰਦਾ, ਬੌਸ ਦੇ ਆਉਣ ਤੋਂ ਪਹਿਲਾਂ ਉਹਨੇ ਉਹ ਕੰਮ ਕਰਕੇ
ਉਹਦੀ ਲਿਸਟ ਬਣਾ ਕੇ ਰੱਖੀ ਹੁੰਦੀ ਕਿ ਜਿੱਦਾਂ ਹੀ ਬੌਸ ਆਇਆ ਮੈਂ ਕਹਿਣਾ ਆਹ ਦੇਖੋ ਜੀ ਮੈਂ ਕੀਤਾ ਆ। ਜਿਹੜਾ ਬੰਦਾ ਨਹੀਂ ਡਰਦਾ ਉਹ ਕਹਿੰਦਾ ਕੋਈ ਗੱਲ ਨਹੀਂ ਵੇਖ ਲਾਂਗੇ ਕੀ ਕਰ ਲੂਗਾ, ਵੱਧ ਤੋਂ ਵੱਧ ਮੈਨੂੰ ਕੱਢ ਹੀ ਦਊਗਾ। ਅੱਜ ਬਹੁਤ ਸਾਰੇ ਲੋਕ ਆ ਉਹ ਕਹਿੰਦੇ ਦੇਖਦੇ ਆ ਕੀ ਕਰ ਲੂਗਾ, ਵੱਧ ਤੋਂ ਵੱਧ ਨਰਕ ਦੇ ਵਿੱਚ ਹੀ ਘੱਲ ਦੂਗਾ ਜਾਂ ਘੱਲ ਦੇਵੇ ਦੇਖ ਲਾਂਗੇ ਨਰਕ 'ਚ ਕੀ ਹੋਣਾ। ਇੰਨੇ ਲਾਪਰਵਾਹ। ਪਰ ਅਗਰ ਤੁਸੀਂ ਇਹ ਸਮਝਦੇ ਆ ਕਿ ਤੁਸੀਂ ਨਿਮਰਤਾ ਵਿੱਚ ਆ, ਤੁਸੀਂ ਹਲੀਮੀ ਵਿੱਚ ਆ, ਫਿਰ ਪਰਮੇਸ਼ੁਰ ਦੇ ਹੁਕਮ ਮੰਨਣੇ ਸ਼ੁਰੂ ਕਰੋ, ਫਿਰ ਲੜਾਈਆਂ ਝਗੜੇ ਛੱਡੋ, ਫਿਰ ਅਣ ਆਗਿਆਕਾਰੀ ਕਰਨੀ ਜਿਹੜੀ ਆ ਉਹਨੂੰ ਛੱਡ ਦਿਓ, ਔਰ ਪਰਮੇਸ਼ੁਰ ਦੇ ਵਿੱਚ ਆਓ ਪ੍ਰੋਪਰ ਤਰੀਕੇ ਦੇ ਨਾਲ। ਇਸ ਕਾਰਨ ਪਰਮੇਸ਼ੁਰ ਨੇ ਵੀ ਉਸਨੂੰ ਅੱਤ ਉੱਚਿਆਂ ਕੀਤਾ ਕਿ ਇਸ ਕਾਰਨ ਕਿਉਂਕਿ ਯੱਸੂ ਜੀ ਨੇ ਆਪਣੇ ਆਪ ਨੂੰ ਨੀਵਿਆਂ ਕੀਤਾ, ਯੱਸੂ ਜੀ ਨੇ ਆਪਣੇ ਆਪ ਨੂੰ ਆਗਿਆਕਾਰ ਬਣਾਇਆ, ਯੱਸੂ ਜੀ ਨੇ ਸਾਰੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਦਾਸ ਬਣਾਇਆ। ਇਸ ਕਰਕੇ ਪਰਮੇਸ਼ੁਰ ਨੇ ਯੱਸੂ ਜੀ ਨੂੰ ਅੱਤ ਉੱਚਿਆਂ ਕੀਤਾ ਅਤੇ ਉਸਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਹੈ, ਉਹਨੂੰ ਉਹ ਨਾਮ ਦੇ ਦਿੱਤਾ ਜਿਹੜਾ ਸਾਰਿਆਂ ਹੀ ਨਾਮਾਂ 'ਚੋਂ ਸਰਵ ਸ਼੍ਰੇਸ਼ਠ ਨਾਮ ਆ। ਅਗਰ ਅਸੀਂ ਵੀ ਆਗਿਆਕਾਰੀ ਵਿੱਚ ਰਹਾਂਗੇ, ਅਸੀਂ ਪਿੱਛੇ ਵਚਨ ਦੇ ਵਿੱਚ ਪੜ੍ਹਿਆ ਸੀ ਕਹਿੰਦਾ ਪਰਮੇਸ਼ੁਰ ਦੇ ਭੈ ਵਿੱਚ ਰਹਿਣਾ ਅਤੇ ਅਧੀਨਗੀ ਦੇ ਵਿੱਚ ਰਹਿਣ ਦਾ ਫਲ ਕੀ ਆ? ਧਨ, ਆਦਰ ਅਤੇ ਜੀਵਨ। ਔਰ ਅਸੀਂ ਇੱਥੇ ਦੇਖਦੇ ਹਾਂ ਯੱਸੂ ਜੀ ਨੇ ਪਰਮੇਸ਼ੁਰ ਦੀ ਅਧੀਨਗੀ ਕੀਤੀ, ਪਰਮੇਸ਼ੁਰ ਦੇ ਭੈ ਵਿੱਚ ਰਹੇ ਅਤੇ ਪਰਮੇਸ਼ੁਰ ਨੇ ਉਹ ਫਲ ਜਿਹੜਾ ਆ ਉਹ ਪ੍ਰਭੂ ਯੱਸੂ ਮਸੀਹ ਜੀ ਨੂੰ ਦਿੱਤਾ, ਕਿਉਂਕਿ ਪਰਮੇਸ਼ੁਰ ਕਦੀ ਵੀ ਪੱਖਪਾਤ ਕਰਨ ਵਾਲਾ ਪਰਮੇਸ਼ੁਰ ਨਹੀਂ ਆ, ਉਹ ਹਮੇਸ਼ਾ ਦੇ ਲਈ ਆਪਣੇ ਵਾਅਦੇ ਨੂੰ ਆਪਣੇ ਵਚਨ ਨੂੰ ਪੂਰਾ ਕਰਨ ਵਾਲਾ ਪਰਮੇਸ਼ੁਰ ਆ। ਤੁਸੀਂ ਦੇਖ ਸਕਦੇ ਹਾਂ ਕਿ ਪਵਿੱਤਰ ਬਾਈਬਲ ਦੇ ਵਿੱਚ ਜਦੋਂ ਪ੍ਰਭੂ ਯੱਸੂ ਮਸੀਹ ਗੱਲ ਕਰ ਰਹੇ ਤਾਂ ਓਲਡ ਟੈਸਟਾਮੈਂਟ ਦੇ ਵਚਨਾਂ ਦੇ ਨਾਲ ਗੱਲ ਕਰਦੇ ਆ। ਜਦੋਂ ਅਸੀਂ ਦੇਖਦੇ ਹਾਂ ਪੌਲੁਸ ਹੋਣਾ ਨੂੰ ਵੀ ਗੱਲਾਂ ਕਰਦੇ ਹਾਂ ਤਾਂ ਉਹ ਵੀ ਕਹਿੰਦੇ ਕੀ ਲਿਖਿਆ ਹੋਇਆ ਨਹੀਂ ਆ, ਦਾਊਦ ਨੇ ਇੱਦਾਂ ਕਿਹਾ, ਉਹ ਵੀ ਹਵਾਲੇ ਦਿੰਦੇ ਓਲਡ ਟੈਸਟਾਮੈਂਟ ਦੇ। ਮਤਲਬ ਕਿ ਉਹ ਵਚਨ ਦੇ ਅਨੁਸਾਰ ਜੀਵਨ ਜੀ ਰਹੇ ਆ, ਵਚਨ ਦੇ ਹਵਾਲੇ ਦੇ ਕੇ, ਇਹਦਾ ਮਤਲਬ ਉਹ ਵਚਨ ਨੂੰ ਪੜ੍ਹਦੇ ਆ, ਉਸ ਵਚਨ ਦੇ ਅਨੁਸਾਰ ਉਹ ਕੰਮ ਕਰਦੇ ਆ। ਅਸੀਂ ਵਚਨ ਨੂੰ ਪੜ੍ਹਦੇ ਹਾਂ ਪਰ ਕਈ ਵਾਰੀ ਅਸੀਂ ਵਚਨ ਦੇ ਅਨੁਸਾਰ ਕੰਮ ਨਹੀਂ ਕਰਦੇ। ਦੈਟ ਇਜ਼ ਦਾ ਰੀਜ਼ਨ ਵੀ ਆਰ ਇਨ ਸਿਕਨੈਸ।